ਡਿਜ਼ਾਈਨ ਵੀਰ ਕੋ ਵਾਧੂ ਆ ਡਿਜ਼ਾਈਨ ਨਹੀਂ ਮੁੱਕਦੇ ਇਹ ਕਹਿੰਦੇ ਸ਼ੌਪ ਦੇ ਨਾ ਤੁਸੀਂ ਚੈੱਕ ਕਰੋ ਇੱਕ ਵਾਰ ਗੁੜੀਆਂ ਪਾਈਆਂ ਨੇ ਲਾਈਆਂ ਵਾ ਉੱਪਰ ਦੇ ਡਿਜ਼ਾਈਨ ਚੈੱਕ ਕਰੋ सारे वेलकम यूट्यूब चैनल फिर गाइड व्लॉग आप लै गए ਤੇ ਉਹ ਇਸ ਟਾਈਮ ਆਪਾਂ ਪਹੁੰਚੇ ਜੀਤਾ ਕਾਰ ਸਟੋਰ ਤੇ ਤੇ ਹੁਣ ਆਪਾਂ ਕਰਦੇ ਆ ਵਲੌਗ ਥਰੂ ਟਾਈਮ ਨਾ ਵੇਸਟ ਕਰਦੇ ਤੁਹਾਨੂੰ ਅੱਜ ਗੁੱਡੀਆਂ ਵਖਾਉਨੇ ਘੈਂਟ ਤੋਂ ਘੈਂਟ ਡਿਜ਼ਾਈਨ ਵਖਾਉਨੇ ਘੈਂਟ ਤੋਂ ਘੈਂਟ ਤੇ ਰੇਟ ਵੀ ਇੱਕ ਨੰਬਰ ਆਓ ਚਲੀਏ ਹੋਰ ਜੀਤੇ ਭਾਜੀ ਕੀ ਹਾਲ ਆ ਜੀਤੇ ਭਾਜੀ ਆਪਣੇ ਤੇ ਇਹਨਾਂ ਦਾ ਅੱਡਾ ਜਿਹੜਾ ਵਲੌਗ ਪਊਗਾ ਵੀ ਰੇਟ ਦੋਗਾ ਤੁਹਾਨੂੰ ਘੈਂਟ ਤੁਹਾਡਾ ਤੇ ਪੂਰਾ ਮਾਣ ਤਾਂ ਹੋਊਗਾ ਜੀਤੇ ਭਾਈ ਕਰੀਏ ਸ਼ੁਰੂ ਹਾਂਜੀ ਤੇ ਪਹਿਲਾਂ ਤਾਂ ਆਪਾਂ ਵਖਾਉਨੇ ਵਾਈਟ ਗੁੱਡੀ ਜੀਤੇ ਭਾਈ ਦਿਖਾਓ ਸਭ ਤੋਂ ਪਹਿਲਾਂ ਸਾਡੀ ਆ ਗੁੱਡੀ ਹੈ ਇਹ ਵੀਰ ਮੇਰੇ ਸਦਾਬਾਰ ਗੁੱਡੀ ਵਾਈਟ ਗੁੱਡੀ ਨਿੱਕਿਆ ਹੁੰਦਾ ਆਪਾਂ ਡਾਉਂਦੇ ਆਉਂਦੇ ਆ ਇਹਦਾ ਬਾਈ ਕੀ ਰੇਟ ਹੈ ਇਹ ਜੀ 10 ਰੁਪਏ ਦੇ ਚਾਰ 10 ਰੁਪਏ ਦੇ ਚਾਰ 2.5 ਰੁਪਏ ਦੀ ਗੁੱਡੀ ਵੀਰ ਮੇਰੇ ਤੁਸੀਂ ਜਾ ਕੇ ਚੋਰ ਜਾ ਕੇ ਲੈ ਸਕਦੇ ਜੇ ਤੇ ਆ ਤੁਹਾਨੂੰ ਪਤਾ ਗੁੱਡੀ ਮਸਟ ਹੈ ਤੇ ਹੋਣੀ ਪੈਂਦੀ ਆ ਨੈਕਸਟ ਆਈਟਮ ਜਿੰਦਾ ਬਾਈ ਦਿਖਾਓ ਵੀਰ ਮੇਰੇ ਵਲੌਗ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਗੁੱਡੀਆਂ ਖਾਵਾਂਗਾ ਜੀ ਘੈਂਟ ਤੋਂ ਘੈਂਟ ਡਿਜ਼ਾਈਨਰ ਗੁੱਡੀਆਂ ਦਿਖਾਵਾਂਗਾ ਤੁਹਾਨੂੰ ਤੁਹਾਨੂੰ ਆ ਸਾਈਜ਼ ਹੁੰਦਾ ਸਾਡੇ ਕੋਲ ਅੱਛਾ ਜਿਵੇਂ ਮਝੋਲੇ ਤੋਂ ਛੋਟਾ ਹੁੰਦਾ ਵਾ ਅੱਛਾ ਜੀ ਇਹ ਹੈਗਾ ਜੀ ਉਤਰਾ 5 ਰੁਪਏ ਦੀ ਮਿਲਦੀ ਆ ਲੇਕਿਨ ਇਹ 10 ਰੁਪਏ ਦੇ 3 ਦਿੰਦੇ 10 ਰੁਪਏ 3 ਹਾਂਜੀ ਵੀਰ ਮੇਰੇ ਆ ਗੁੱਡੀਆਂ 10 ਰੁਪਏ ਦੀਆਂ 3 ਗੁੱਡੀਆਂ ਵਿਕਣੀਆਂ ਤੇ ਤੁਸੀਂ ਕਹ ਲਓ ਵੀ ਲਗਭਗ ਵਾਈਟ ਗੁੱਡੀ ਵਰਗੀ ਆ ਬਸ ਨੇ ਕ ਪੂੰਝਾ ਆ ਗਿਆ ਨਾਲ ਨਾਲ ਥੋੜਾ ਰੰਗ ਨੂੰ ਵੀ ਚੇਂਜ ਹੋ ਗਿਆ ਹਨਾ ਤੇ ਬੱਚਿਆਂ ਵਾਸਤੇ ਵੀਰ ਮੇਰੇ ਜਦੋਂ ਲੋੜੇ ਤਾਂ ਤੁਹਾਨੂੰ ਭਰਾਵਾ ਬਣੀ ਚੱਲਦੀ ਨਾਲ ਆਹੀ ਗੁੱਡੀਆਂ ਕੰਮ ਆਉਂਦੀਆਂ ਹਾਂਜੀ ਭਾਈ ਇਸ ਤੋਂ ਗੜੀ ਆ ਉਹਨਾਂ ਦੀ ਮਝੋਲਾ ਫੈਂਸੀ ਮਝੋਲਾ ਜਿਹਨੂੰ ਦਿੰਦੇ ਪਤਾ ਲਵਾਇਆ ਠੀਕ ਹੈ ਜੀ ਠੀਕ ਹੈ ਜੀ ਉਹ ਤਾਂ 60 ਰੁਪਏ 70 ਰੁਪਏ 80 ਰੁਪਏ ਦਰਜਨ ਜੇ ਕੋਈ ਤੁਹਾਡਾ ਵਲੌਗ ਵੇਖਿਆ ਹੋਊਗਾ ਉਹਨੂੰ 50 ਰੁਪਏ ਦਰਜਨ ਲਵਾਂਗੇ ਠੀਕ ਹੈ ਜੀ ਵੀਰ ਮੇਰੇ ਜੇ ਤੁਸੀਂ ਆ ਕੇ ਤੇ ਮੇਰਾ ਵਲੌਗ ਵੇਖਿਆ ਹੋਗੇ ਤੁਹਾਨੂੰ ਹੋਰ ਲੈਸ ਮਿਲੂਗੀ ਤੁਸੀਂ ਗੁੱਡੀ ਤਾਂ ਤੁਸੀਂ ਸਕਰੀਨਸ਼ਾਟ ਮਾਰੀ ਹੋ ਜੇ ਪਸੰਦ ਆਉਂਦੀ ਆ ਤੇ ਤੁਹਾਨੂੰ ਜੀਤਾ ਭਾਈ ਤੁਸੀਂ ਆ ਕੇ ਲੈ ਸਕਦੇ ਰੇਟ ਵੀ ਬਿਲਕੁਲ ਜੈਨੂਇਨ ਹੈਗਾ ਜੀ ਦਿਖਾਓ ਭਾਜੀ ਹੋਰ ਸਟਾਕ ਹੈਗਾ ਬਹੁਤ ਜ਼ਿਆਦਾ ਉਸ ਤੋਂ ਘੜੀ ਆ ਉਹਨਾਂ ਦੇ ਅੱਧਾ ਅੱਧਾ ਸਾਈਜ਼ ਨੂੰ ਕਹਿੰਦੇ ਅੱਧਾ ਸਾਈਜ਼ ਹਾਂਜੀ ਹਾਂਜੀ ਇਹ 10 ਰੁਪਏ ਦਾ ਵਿਕਦਾ ਜੀ ਅੱਛਾ ਜੀ ਤੇ ਫੈਂਸੀ ਗੁੱਡੀ ਹੁੰਦੀ ਸਾਰੀ ਵੇਖੋ ਠੀਕ ਹੈ ਜੀ ਇਹ ਭਾਈ ਤਿਆਰ ਜੀ ਆਪ ਕਰਦੇ ਜੀ ਨਹੀਂ ਇਹ ਰਾਮਪੁਰ ਦੀ ਹੁੰਦੀ ਹੈ ਜੀ ਠੀਕ ਹੈ ਹਾਂਜੀ ਫੈਂਸੀ ਗੁੱਡੀ ਰਾਮਪੁਰ ਦੀ ਹੂੰ ਇਹ ਵਿੱਚ ਹੀ ਆ ਉਤਰਾ ਇਹ 10 ਰੁਪਏ ਦਾ ਪੀਸ ਹੈ ਲੇਕਿਨ ਇਹੀ ਦਵਾਂਗੇ 90 ਰੁਪਏ ਦਰਜਨ 90 ਰੁਪਏ ਦਰਜਨ ਹਾਂਜੀ ਵੀਰ ਮੇਰੇ ਆ ਗੁੱਡੀ ਦੀ ਚੈੱਕ ਕਰੋ 90 ਰੁਪਏ ਦਰਜਨ ਥੋੜਾ ਸਾਈਜ਼ ਵੱਡਾ ਹੈ ਇਹਦਾ ਅੱਧਾ ਗਿਆ ਭਾਜੀ ਹਾਂਜੀ ਅੱਧਾ ਗਿਆ ਅੱਧੇ ਦਾ ਅਦੀ ਚੈੱਕ ਕਰੀਓ ਗੁੱਡੀਆਂ ਨਾਲ ਦੀ ਨਾਲ ਡਿਜ਼ਾਈਨ ਵੇਖੀ ਜੋ ਉਹਨਾਂ ਦੇ ਆ ਪਿੱਛੇ ਡਿਜ਼ਾਈਨ ਇੱਕ ਹੋਰ ਹੈਗਾ ਜੀ ਹੋਰ ਦਿਖਾਓ ਭਾਜੀ दर्जन गुडियां चा पूरा करो ना मुछ बाई दी खड़ी है खड़ी रहे मैरिंग अपने दर्जन ही लै जो क्योंकि दर्जन तुम पता जो कठी चीज कि बल्ब खड़े हैं तो सस्ती पेंदी क्यों भाजी आदि वेखो तुम मछा चेक करो मछे चोर भी डिजाइन है मछे चोर भी डिजाइन है वीर मेरे ਉਸ ਤੋਂ ਗੜੀਆ ਪੌਣੀ ਗੁੱਡੀ ਇਹ ਸਾਰਿਆਂ ਨੂੰ ਪਤਾ ਆਮ ਪੌਣੀ ਗੁੱਡੀ ਇਹ ਆਮ ਪਤਾ ਸਾਰਿਆਂ ਨੂੰ ਭਾਈ ਬਿਲਕੁਲ ਇਹ ਸਾਡੇ ਕੋਲ ਮਿਲੂਗੀ 90 ਰੁਪਏ ਦਰਜਨ ਅੱਛਾ ਜੀ ਸੇਕੀ ਕਮਾਨ ਹੋਊਗੀ ਸਾਰੀ ਵੇਖੋ ਠੀਕ ਹੈ ਜੀ ਵੀਰ ਮੇਰੇ ਦਾ ਪੇਪਰ ਹੀ ਵਧੀਆ ਜੇ ਤੇ ਮੈਂ ਨਾ ਤੀਲਾ ਵੀ ਵਧੀਆ ਗੁੱਡੀ ਦਾ ਬੈਸਟ ਆ ਕੁਆਲਿਟੀ ਦਾ ਤਾਂ ਕੋਈ ਕਮੀ ਨਹੀਂ ਇਹ ਨਹੀਂ ਵੀ ਗੁੱਡੀ ਜਾਂ ਤਲਾਵਾ ਜੋ ਕਿ ਸਾਈਡ ਤੋਂ ਪਾੜ ਜਾਂ ਕੁਛ ਇਦਾਂ ਦਾ ਕੁਛ ਨਹੀਂ ਪਾਈ ਹਾਂ ਜੀ ਹਾਂ ਜੀ ਇੱਕ ਨੰਬਰ ਗੁੱਡੀ ਵਧੀਆ ਕੁਆਲਿਟੀ ਪੂਰੀ ਆਦੀ ਚੈੱਕ ਕਰੋ ਡਿਜ਼ਾਈਨ ਹੋਰ ਦਿਖਾਓ ਭਾਈ ਡਿਜ਼ਾਈਨ ਡਿਜ਼ਾਈਨ ਵੀਰ ਕੋ ਵਾਧੂ ਆ ਡਿਜ਼ਾਈਨ ਹੀ ਮੁੱਕਦੇ ਇਹ ਕਹਿੰਦੇ ਸ਼ੌਪ ਦੇ ਨਾ ਤੁਸੀਂ ਚੈੱਕ ਕਰੋ ਇੱਕ ਵਾਰ ਗੁੱਡੀਆਂ ਪਾਈਆਂ ਨੇ ਲਾਈਆਂ ਵਾ ਉੱਪਰ ਦੇ ਡਿਜ਼ਾਈਨ ਚੈੱਕ ਕਰੋ ਪਾਕਿਸਤਾਨੀ ਡਿਜ਼ਾਈਨ ਹੈਗੇ ਬਾਈ ਕੋ ਉੱਪਰ ਗੜਿਆ ਹੁੰਦਾ ਜੀ ਪਾਕਿਸਤਾਨੀ ਪੋਣਾ ਪਾਕਿਸਤਾਨੀ ਪੋਣਾ ਹੈ ਜੀ ਪਾਕਿਸਤਾਨੀ ਪੋਣਾ ਜੀ ਵੀਰ ਮੇਰੇ ਚੈੱਕ ਕਰੋ ਜੀ ਵੱਡੀ ਗੁੱਡੀ ਪਾਕਿਸਤਾਨੀ ਵੇਖੀ ਨਾ ਇਹ ਪੋਣਾ ਵੀ ਪਾਕਿਸਤਾਨੀ ਬਣਾਇਆ ਵੇਖੋ ਲਓ ਜੀ ਤੁਸੀਂ ਯਾਦਰ ਵੱਡੀਆਂ ਗੁੱਡੀਆਂ ਵੇਖੀਆਂ ਹੋਣੀਆਂ ਇਹ ਛੋਟੀ ਵੇਖੋ ਤੁਸੀਂ ਹੁਣ ਛੋਟੀ ਪਾਕਿਸਤਾਨੀ ਗੁੱਡੀ ਛੋਟੀ ਪਾਕਿਸਤਾਨੀ ਭਾਜੀ ਹਾਂ ਜੀ ਪਾਕਿਸਤਾਨੀ ਪਾਕਿਸਤਾਨੀ ਹਾਂ ਜੀ ਹੋਰ ਦਿਖਾਓ ਭਾਜੀ ਉਸ ਤੋਂ ਗੜਿਆ ਪੋਣਾ ਰਾਮਪੁਰ ਦਾ ਲਓ ਜੀ ਇਹ ਪੋਣਾ ਰਾਮਪੁਰ ਦਾ ਆ ਗਿਆ ਜੀ
लेकिन साडे कोल सब तो उत्ते क्वालिटी हुंदी आ। देखो तीले नाल तीला जुड़ूगा ते छिल्ली कमान हो गया। रेट सिर्फ की है जितना छिल्ली कमान आप इत्थे कहने आ 15 पेरी लोकी वेचदे 20 पेरी कोई कहने आ ओ बंदे दी गुड्डी आ 300 रुपए दर्जन 250 रुपए दर्जन लेकिन अहीं इह दवांगे 110 रुपए दर्जन। डबल तीले वाली गुड्डी डिजाइनर है पिछले बने जिदे भैया किन्ने दी है ये जी 70 रुपए दी सिर्फ 70 रुपए दी वीर मेरे गुड्डी है ते गुड्डी चेक करो डबल तीले वाली ए भी छेती किराए कितों नहीं मिलदी बटर पेपर तो भी पेपर बटर पेपर वांगू ही रेट है 160 रुपए दर्जन ठीक है जी। कोई कमी नहीं ₹13 कुछ डिस्प्ले किए कुछ स्टॉक पाया भाई को मैं कहना गुडिया मारो गुडिया देखो भाई मुछ का गुडी उपर चेक करो आ गुडी भाई मेरे बड़े पसंद है डबल तील है जी एक आते डिजाइन चेक करो स्केलेटल का गुडिया भाई ने वाकई रखिया वह एक आ पिछे जीतागढ़ स्टोर की गुड्डी भाई ने अपने बना के लाई है एक तुम आ पतंगा चेक करो मूसेले भाई दी उतारे भाई पतंग पतंग विखाने एक भैन जी आप पतंग मूसेले आई चेक करो उसके प्रिंट भी कड़ा सोहना वा कलर फुल प्रिंट आ ब्लैक एंड वाइट ने गा छोटा बच्चा जिद करता ना मैं डोनी डोनी क्यों भाजी बेस्ट नहीं बच्चा वेखो जी सियाणियां वास्ते बाद चो बच्चियां वास्ते पहला बिल्कुल क्योंकि मेरा काम शुरू हुंदा रे बच्चियां तो लोकी सियाणियां तो करदे आ लेकिन अहीं बच्चियां तो भाई जी तो निक्की चीज मिलूगी बच्चे तो शुरू होगी फिर वड्डे तक जाओ भाई जरा काम ना ये तो है बच्चों सिर से भीर मेरे सीधी जी गल सियाणा बंदा अपने की कह लो भी कमां तो नहीं वेला हुंदा आप सियाणी गल भी कोई कर दी क्यों जी ठीक है भाई जी भाई जी बाई को बार ना डोर भी है बार वे गुडे बाई को बार लगे चेक करो लकड़िया भाजी
रंग भी मिल जाएगा रेट बारह तार लकड़ी का वीर मेरे नोट करी जेटा रेट तुम दस देना ना वाद ना घट रेट का कोई कमी नहीं करो बस एक वड्डी पतंग भाजी वेखो ਇਹਦਾ ਕੀ ਰੇਟ ਭਾਜੀ ਇਹਦਾ ਰੇਟ ਹੈਗਾ ਜੀ 250 ਰੁਪਿਆ 250 ਰੁਪਿਆ ਰੇਟ ਭਾਈ ਜੀ ਪਤੰਗ ਹੈ ਜੀ 250 ਰੁਪਿਆ ਹਾਂਜੀ ਇਹ ਤੋਂ ਵੱਡੀ ਤੁਹਾਨੂੰ ਪਤੰਗ ਮਿਲੂਗੀ ਹੂੰ ਤਿੰਨ ਤਾਂ ਵੀ ਛੇ ਦਾ ਵੀ ਪਤੰਗ 12 ਤਾਵਾ ਗੁੱਡਾ 22 ਤਾਵਾ ਗੁੱਡਾ ਇਹ ਸਾਰੇ ਮਿਲਣਗੇ ਵੀਰ ਮੇਰੇ ਕਹਿਣ ਦਾ ਮਤਲਬ ਭਾਈ ਦਾ ਕਸਟਮਾਈਜ਼ ਕੰਮ ਹੈਗਾ ਵਾ ਤੁਸੀਂ ਜਿਨੇ ਤਾਂ ਤੁਸੀਂ ਜਿਨੇ ਦੀ ਤਵੇ ਦੀ ਵੱਡੀ ਦੀ ਗੁੱਡੀ ਬਣਾਉਣੀ ਆ ਉਨੀ ਬਣ ਜੂਗੀ ਇਹੀ ਗੱਲ ਭਾਜੀ ਹਾਂਜੀ ਆਰਡਰ ਤੇ ਹੀ ਬਣ ਜੂਗੀ ਕਹਿਣ ਦਾ ਮਤਲਬ ਹਨਾ ਹਾਂਜੀ ਬਾਈ ਕੋ ਉੱਧਰ ਵੀ ਲੱਗੀਆਂ ਵੱਡੀਆਂ ਕੁੜੀਆਂ ਆਪਾਂ ਤਾਂ ਨਿਕਲਾ ਝਾਤੀ ਮਰਾ ਲਈਏ ਬਾਈ ਕਰਨਗੇ ਸ਼ਾਪ ਬੰਦ ਆਪਾਂ ਨੇ ਵਲੌਗ ਥੋੜਾ ਲੇਟ ਬਣਾਉਣਾ ਆ ਤੇ ਆਦੀ ਪਤੰਗਾਂ ਦਾ ਡਿਜ਼ਾਈਨ ਚੈੱਕ ਕਰੋ ਆਦੀ ਵੇਖੋ ਉੱਧਰ ਡਿਜ਼ਾਈਨ ਬਹੁਤ ਬਾਈ ਹੋ ਗਈ ਕੈਨੇਡਾ ਵਾਲਾ ਡਿਜ਼ਾਈਨ ਹੀ ਹੈਗਾ ਜੇ ਆਦੀ ਚੈੱਕ ਕਰੋ ਅਮਰੀਕਾ ਸਾਰੇ ਦੇਸ਼ਾਂ ਦੇ ਝੰਡੇ ਪਲੇਨ ਵੀ ਹੈਗੀਆਂ ਜੇ ਇਹਦਾ ਬਾਈ ਕੀ ਰੇਟ ਆ ਪਤੰਗਾਂ ਦਾ ਇਹ ਜੀ ਵੇਖੋ ਇਹ 35 ਰੁਪਏ ਤੋਂ ਸਟਾਰਟ ਹੁੰਦੀ ਹੈ ਜੀ ਭਾਜੀ 35 ਰੁਪਏ ਤੋਂ 35 ਰੁਪਏ ਸਟਾਰਟ ਹੋ ਗਏ 120 ਰੁਪਏ ਤੱਕ ਸਾਡੇ ਕੋਲ ਪਤੰਗ ਹੈ ਜੀ ਵੀਰ ਮੇਰੇ 35 ਤੋਂ ਪਤੰਗ ਸਟਾਰਟ ਹੈ ਬਾਕੀ ਡਿਜ਼ਾਈਨ ਤੇ ਸਾਈਜ਼ ਦੇ ਹਿਸਾਬ ਨਾਲ ਗੱਲ ਆ ਜਿੰਨਾ ਸਾਈਜ਼ ਵਧੂਗਾ ਡਿਜ਼ਾਈਨ ਵਧੀਆ ਹੋਊਗਾ ਉਹਨਾਂ ਦਾ ਰੇਟ ਵਧੂਗਾ ਉਦਾਂ 35 ਰੁਪਏ ਰੇਟ ਚੱਲਦਾ ਪਤੰਗ ਦਾ ਉਧਰ ਆ ਜਾਓ ਆ ਵੱਡੇ ਗੁੱਡਿਆਂ ਦੀ ਝਾਤੀ ਮਾਰੋ ਆ ਡੱਬੇਦਾਰ ਗੁੱਡਾ ਵੱਡਾ ਇਹਦਾ ਬਾਈ ਕੀ ਰੇਟ ਹੈ ਤਿੰਨ ਦਾ ਬਾਈ ਇਹ ਦਵਾਂਗੇ ਸਿਰ 35 ਰੁਪਏ ਦਾ ਕਿੰਨੇ ਕਿੰਨੇ ਦਾ ਸਿਰ 35 ਰੁਪਏ ਦਾ 35 ਰੁਪਏ ਦਾ ਗੁੱਡਾ ਤਿੰਨ ਦਵਾ ਹਾਂਜੀ ਬਾਈ ਜੀ ਇਹਦੇ ਯਕੀਨ ਵਾਲੀ ਗੱਲ ਨਹੀਂ ਯਾਰ 35 ਰੁਪਏ ਦਾ ਦਵਾਂਗੇ ਜੀ 35 ਰੁਪਏ ਦਾ ਗੁੱਡਾ ਸਕੀਨ ਛੋਟਾ ਦਾ ਪੱਕਾ ਮਾਰ ਲਓ 35 ਰੁਪਏ ਦੇਣਗੇ ਤਿੰਨ ਤਾਂ ਦਾ ਗੁੱਡਾ ਆ ਹੋਰ ਵੀ ਲੱਗੇ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਜਿੱਥੇ ਇਹ ਪਾਕਿਸਤਾਨੀ ਹੈ ਜੀ ਸਾਰੇ ਆ ਪਾਕਿਸਤਾਨੀ ਡਿਜ਼ਾਈਨ ਲੱਗੇ ਸਾਰੇ ਬਾਈ ਨੂੰ ਡਿਸਪਲੇ ਥੋੜੀ ਘੱਟ ਲਾਈ ਕਿਉਂਕਿ ਆਪਾਂ ਹੁਣ ਲੇਟ ਪਹੁੰਚੇ ਹਾਂ ਬਾਕੀ ਉਧਰ ਆ ਗਏ ਜੀ ਛੇ ਦਾ ਵੀ ਆ ਗਏ ਜੀ ਹਾਂਜੀ ਆ ਪੁੱਤਲ ਭਾਈ ਹੋਰ ਸੋਹਣਾ ਜੀ ਯਾਰ ਹਾਂਜੀ ਹਾਂਜੀ ਇਹ ਫੈਂਸੀ ਤਿਆਰ ਕਰਵਾਇਆ ਜੀ ਕਿਸੇ ਨੇ ਅਸੀਂ ਤਿਆਰ ਵੀ ਕਰਕੇ ਦੇ ਜਾ ਜੇ ਕਿਤੇ ਆਪਣਾ ਨਾਮ ਲਿਖਾਉਣਾ ਹੋਵੇ ਜਿਸ ਤਰ੍ਹਾਂ ਮਤਲਬ ਕੋਈ ਐਨੀਵਰਸਰੀ ਦਾ ਕੋਈ ਨਾਮ ਲਿਖਾਉਂਦੇ ਨਾ ਹੈਪੀ ਲੋਹੜੀ ਹਾਂਜੀ ਹਾਂਜੀ ਹੈਪੀ ਨਿਊ ਇਅਰ ਸਭ ਕੋ ਲਿਖ ਕੇ ਦੇ ਜਾ ਫੈਂਸੀ ਤਿਆਰ ਕਰਕੇ ਦੇ ਤੁਹਾਨੂੰ ਬਾਹਰ ਸਾਰੇ ਡਿਜ਼ਾਈਨ ਦਿਖਾ ਦੇ ਗੁੱਡੀਆਂ ਰੇ ਹੁਣ ਲਾਸਟ ਤੁਹਾਨੂੰ ਬਰਾ ਤੁਹਾਨੂੰ ਇੰਤਜ਼ਾਰ ਹੈ 6 ਦਵਾ ਵੇਖਣ ਦਾ ਆ 6 ਦਵਾ ਗੁੱਡਾ ਤੁਸੀਂ ਡਿਜ਼ਾਈਨ ਚੈੱਕ ਕਰਿਆ ਕਿਹੜਾ ਗੁੱਡੇ ਦਾ ਰੇਟ ਦੀ ਗੱਲ ਵੀ ਆਪਾਂ ਕਰਦੇ ਆ ਆ ਡਿਜ਼ਾਈਨ ਚੈੱਕ ਕਰੋ ਇਕਲਾ ਭਾਈ ਬਣਿਆ ਕੀ ਆ ਬਾਜ ਹਾਂਜੀ ਬਾਜ ਬਣਿਆ ਆ ਦੋਵੇਂ ਸਾਈਡ ਬਾਜ ਬਣਿਆ ਤੇ ਇਹਦਾ ਗੁੱਡ ਦਾ ਰੇਟ ਤੁਸੀਂ ਦੱਸੋ ਇਕੜਾ ਕਮੈਂਟ ਕੇ ਇਕੜਾ ਫਿਰ ਦੱਸਿਓ ਫਿਰ ਵੀ ਹੁਣੇ ਕੀ ਹੋਊਗਾ ਆਪਾਂ ਜੀ ਤੁਹਾਨੂੰ ਦੱਸ ਹੀ ਦੇਣਾ ਵਾ ਭਾਈ ਕੀ ਰੇਟ ਦੋਗੇ ਇਹ ਅਸੀਂ ਦਵਾਂਗੇ ਜੀ 250 ਵੀਰ ਮੇਰੇ 250 ਰੁਪਿਆ ਗਿਆ ਬਾਈ ਨੇ ਗੁੱਡੇ ਦਾ 250 ਰੁਪਿਆ ਰੇਟ 6 ਤਵਾ ਗੁੱਡੇ ਦਾ ਜੇ ਤੁਸੀਂ ਡਿਜ਼ਾਈਨ ਚੈੱਕ ਕਰਦੇ ਤਾਂ ਸਕਰੀਨਸ਼ਾਟ ਮਾਰ ਲਓ ਇਹਦੇ ਨਾਲ ਤੁਹਾਨੂੰ ਹੋਰ ਵੀ ਮਿਲ ਜੂ ਬਾਈ ਤੇ ਇੱਕ ਗੁੱਡਾ ਹੋਰ ਆ 6 ਤਵੇ ਦਾ ਡਿਜ਼ਾਈਨ ਵਾਧੂ ਬਾਈ ਕੋ ਤੇ ਉਹ ਬਾਕੀ ਸੇਲ ਹੋ ਗਏ ਆ ਕੁਛ ਹੈਗੇ ਵੀ ਆ अपना चा पूरा करना नहीं सिंपल सोबर गुड्डा वा हना 140 रुपए दो वरे गुड्डा ले जाओ क्यों भाजी ऐदा ही स्क्रीन शॉट का मार लो हा गुड्डे का आ गुड्डा ने बिलकुल घैंट है ਤੇ ਵੀਰ ਮੇਰਿਓ ਹੁਣ ਗੱਲ ਦਾ ਵੀ ਤੁਹਾਨੂੰ ਆਪਾਂ ਡਿਜ਼ਾਈਨ ਵਧੀਆ ਵਧੀਆ ਵਿਖਾਤੇ ਸਭ ਕੁਝ ਤੁਹਾਨੂੰ ਆਪਾਂ ਦਿਖਾਤਾ ਹੁਣ ਆਪਾਂ ਸਾਰਾ ਕੁਝ ਵਲੌਗ 'ਚ ਕਵਰ ਨਹੀਂ ਕਰ ਸਕਦੇ ਤੁਹਾਨੂੰ ਪਤਾ ਤਾਂ ਫਿਰ ਗੁੱਡੀ ਬਹੁਤ ਜਾ ਰਹੀ ਆ ਬਾਈ ਕੋ ਤੇ ਬਾਈ ਜੀ ਹੁਣ ਆਪਾਂ ਐਡਰੈਸ ਦੱਸੀ ਯਾਰ ਆਪਣਾ ਹਾਂਜੀ ਮੇਰਾ ਐਡਰੈਸ ਹੈਗਾ ਜੀ ਮਜੀਠਾ ਰੋਡ ਹਾਂਜੀ ਨਹਿਰੂ ਕਲੋਨੀ ਬਾਬਾ ਮਜੀਠਾ ਜੀਤਾ ਗੁੱਡੀਆਂ ਵਾਲਾ ਮੇਨ ਮਜੀਠਾ ਰੋਡ ਤੇ ਖੰਡੇ ਵਾਲਾ ਚੌਂਕ ਹੈਗਾ ਮਸ਼ਹੂਰ ਚੌਂਕ ਹੈ ਹਾਂਜੀ ਉਤੋਂ ਥੱਲੇ ਉਤਰੋਗੇ ਨਾ ਸੱਜਿਆ ਹਾਂਜੀ ਤੇ ਮਤਲਬ ਕਿ ਅੱਗੇ ਜਾ ਕੇ ਕਿਸੇ ਨੂੰ ਪੁੱਛ ਲਓ ਬਾਬਾ ਮੀਠਾ ਦੀ ਜਗ੍ਹਾ ਕਿ ਸਿੱਧਾ ਮੇਰੇ ਕੋਲ ਪਹੁੰਚੋ ਬਾਈ ਜੀ ਦਾ ਕਹਿਣ ਦਾ ਮਤਲਬ ਮੀਠਾ ਰੋਡ ਤੇ ਨਾ ਤੁਹਾਨੂੰ ਮਸੋਕਾ ਸਮਝਾ ਦਿੰਦਾ ਮੀਠਾ ਰੋਡ ਤੇ ਆਪਾਂ ਬਾਬਾ ਮੀਠਾ ਲਾ ਕੇ ਕਿਸੇ ਨੂੰ ਪੁੱਛ ਸਕਦੇ ਆ ਜੀਠਾ ਗੁੱਡੀਆਂ ਵਾਲਾ ਬਹੁਤ ਜਿਹੜੀ ਜਿਹੜੀ ਪੁਰਾਣੀ ਫੇਮਸ ਦੁਕਾਨ ਆ ਆਪਾਂ ਆਪ ਛੋਟੇ ਛੋਟੇ ਆ ਜਦੋਂ ਕੋਈ ਗੁੱਡੀਆਂ ਕੱਢਦੇ ਆ ਤੇ ਬਾਈ ਜੀ ਟਾਈਮਿੰਗ ਸ਼ੌਪ ਦੀ ਦੱਸੋ ਹਾਂਜੀ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ
ਬਾਈ ਜੀ ਸਵੇਰੇ 10 ਤੋਂ ਲੈ ਕੇ ਰਾਤ 11 ਤੱਕ ਤੁਸੀਂ ਜਦੋਂ ਮਰਜ਼ੀ ਆ ਸਕਦੇ ਜੀ। ਇੱਕ ਹੋਰ ਗੱਲ, ਮੇਰੇ ਭਰਾ ਜਦੋਂ ਵੀ ਆਉਂਦੇ ਹੈਗਾ ਮੈਨੂੰ ਕਾਲ ਜ਼ਰੂਰ ਇੱਕ ਵਾਰੀ ਕਰਨਾ। ਬਾਈ ਜੀ ਜਿਹੜੇ ਕਿਸੇ ਮੇਰੇ ਵੀਰ ਨੇ ਗੱਲ ਸਹੀ, ਬਾਈ ਜੀ ਮੈਂ ਗੱਲ ਇੱਕ ਮਿੰਟ ਟੋਕਦਾ। ਹਾਂਜੀ ਗੱਲ ਸਹੀ ਆ, ਜਿਹੜੇ ਕਿਸੇ ਮੇਰੇ ਵੀਰ ਨੇ ਆਉਣਾ ਨਾ, ਕਿਉਂਕਿ ਤੁਸੀਂ ਦੂਰੋਂ ਨਾਲ ਆਪਣੇ ਟਾਈਮ ਖਰਾਬ ਕਰੋ, ਕਿਸੇ ਲਈ ਬਾਈ ਨਾ ਮਿਲਿਆ, ਕਿਸੇ ਕੋਈ ਜਾਂ ਕੋਲ ਟਾਈਮ ਨਾ ਹੋਇਆ, ਆਹੀ ਗੱਲ ਹੈ ਨਾ। ਹਾਂਜੀ ਹਾਂਜੀ ਹਾਂਜੀ। ਤੇ ਫੋਨ ਤੁਸੀਂ ਮੇਰਾ ਵੀਰ ਕਰਕੇ ਆਇਓ, ਇੱਕ ਤਾਂ ਆਪਣਾ ਨੰਬਰ ਹੀ ਦੱਸੋ ਬਾਈ ਜੀ। ਹਾਂਜੀ ਮੇਰਾ ਨੰਬਰ ਹੈਗਾ ਜੀ 80540 ਹਾਂਜੀ 5643। ਵੀਰ ਮੇਰੇ ਮੈਂ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਐਡਰੈਸ ਟੁਸ ਸਾਰਾ ਮੈਂ ਮੈਂਸ਼ਨ ਕਰ ਦਾਂਗਾ, ਫੋਨ ਨੰਬਰ ਮੈਂਸ਼ਨ ਕਰ ਦਾਂਗਾ ਬਾਈ ਦਾ। ਤੇ ਹੁਣ ਅੱਜ ਦਾ ਵਲੌਗ ਸਾਡਾ ਇੱਥੇ ਫਿਨਿਸ਼ ਹੁੰਦਾ ਵਾ, ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਿਓ ਵਲੌਗ ਨੂੰ। ਤੇ ਬਾਈ ਜੀ ਐਂਡ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਜਿਹੜਾ ਕੋਈ ਮੇਰਾ ਵਲੌਗ ਵੇਖਿਆ ਹੋਊਗਾ ਕਰੋਗੇ ਮਾਨ ਤਾਣਾ? ਹਾਂਜੀ ਹਾਂਜੀ ਭਾਜੀ, ਸਾਡਾ ਵਲੌਗ ਜਿਹੜਾ ਵੇਖਿਆ ਹੋਊਗਾ ਨਾ ਹਾਂਜੀ ਉਹਦਾ ਅਸੀਂ ਮਾਣ ਕਰਾਂਗੇ। ਤੇ ਵੇਖੋ ਤੁਸੀਂ ਇਹਨਾਂ ਦੀ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ, ਕਿਉਂਕਿ ਜੇ ਇਹਨਾਂ ਦਾ ਹੁਣ ਫਲਾਪ ਜਾਈ ਹੋਊਗਾ ਨਾ ਤੇ ਇਹ ਫੇਰ ਤੁਹਾਨੂੰ ਇੱਕ ਤੋਂ ਇੱਕ ਵੀਡੀਓ ਵਿਖਾਉਣਗੇ ਦੁਕਾਨਾਂ ਦੇ ਜਾ ਕੇ ਜਿੱਥੇ ਸਸਤੀ ਤੋਂ ਸਸਤੀ ਗੁੱਡੀ ਮਿਲਦੀ ਹੈ। ਬਿਲਕੁਲ ਵੀਰ ਜੀ, ਠੀਕ ਹੈ ਜੀ, ਬਿਲਕੁਲ ਬਿਲਕੁਲ। ਹਾਂਜੀ ਤੇ ਵੀਰ ਮੇਰੇ ਹੋ, ਫੇਰ ਅੱਜ ਦਾ ਮੇਰਾ ਵਲੌਗ ਇੱਥੇ ਫਿਨਿਸ਼ ਹੁੰਦਾ ਵਾ, ਲਾਈਕ ਕਮੈਂਟ ਕਰ ਦਿਓ ਵਲੌਗ ਨੂੰ। ਟਾਟਾ ਬਾਏ, ਲਵ ਯੂ ਮੇਰੇ ਸਾਰੇ ਵੀਰਾਂ ਨੂੰ, ਜਿਹਦੇ ਬਾਈ ਕਰ ਦਿਓ ਟਾਟਾ ਯਾਰ। ਚੰਗਾ ਜੀ।